ਸ਼ੁਭ ਦਾ ਸ਼ੋਅ ਹੋਇਆ ਮੈਲਬਨ ਦੇ ਵਿੱਚ, ਲਾਸਟ ਨਾਈਟ ਸ਼ੋਅ ਹੋਇਆ। ਸ਼ੋਅ ਕਿੱਦਾਂ ਦਾ ਰਿਹਾ ਸਭ ਨੂੰ ਪਤਾ ਆ, ਠੀਕ ਆ ਜੀ। ਬ੍ਰਿਸਬੇਨ ਸ਼ੋਅ ਹੀ, ਸ਼ੋਅ ਕੈਂਸਲ ਹੋ ਗਿਆ, ਇਹਦੇ ਪਿੱਛੇ ਕਈ ਕਾਰਨ ਹੋ ਸਕਦੇ ਆ। ਰਹੀ ਗੱਲ ਸ਼ੁਭ ਦੀ, ਰਵਨੀਤ ਦਾ ਭਰਾ ਆ, ਇਹ ਰਵਨੀਤ ਦਾ ਛੋਟਾ ਭਰਾ ਆ ਸ਼ੁਭ। ਇੰਨੀ ਛੋਟੀ ਉਮਰ ਦੇ ਵਿੱਚ ਸ਼ੋਅ ਕਰ ਰਿਹਾ, ਚੱਲ ਵਧੀਆ ਆ, ਹੈ ਨਾ, ਕਰਨ ਡਿਆ। ਪਰ ਜਿਹੜੇ ਕਹਿੰਦੇ ਸ਼ੋਅ ਵਧੀਆ ਸੀ ਯਾਰ, ਕੋਈ ਕਹਿਣ ਤੋਂ ਪਹਿਲਾਂ ਨਾ ਪਹਿਲਾਂ ਸੋਚ ਲੈਂਦਾ। ਮੇਰੇ ਕੋਲ ਸਾਰੇ ਪਰੂਫ ਹੈਗੇ ਆ, ਆ ਮੈਂ ਸਾਰੇ ਅਟੈਚ ਕਰਨ ਡਿਆ ਆ। ਕਿਤੇ ਯਾਰ ਆਪਾਂ ਐਵੇਂ ਕਹਿ ਤਾ ਮੂੰਹ ਚੁੱਕ ਕੇ ਵਧੀਆ ਸੀ, ਪਤਾ ਕਿੰਨਾ ਜ਼ਿਆਦਾ ਵਧੀਆ ਸੀ। ਸਹੀ ਤਰ੍ਹਾਂ ਵਰਡ ਯੂਜ਼ ਕਰਿਆ, ਬਹੁਤ ਜ਼ਿਆਦਾ ਵਧੀਆ ਸੀ। ਮੈਂ ਕਿਹਾ ਇੰਨੀ ਨਿੱਕੀ ਉਮਰ ਦੇ ਵਿੱਚ ਵੀਰਾ ਇੰਨਾ ਲੈਵਲ ਅਪ ਕਰ ਲਿਆ, ਅਤੇ ਬਾਕੀ ਬੈਸਟ ਆਫ ਲੱਕ ਮੇਰੇ ਵੱਲੋਂ, ਅਤੇ ਖਿੱਚ ਕੇ ਰੱਖੋ ਕੰਮ, ਅਤੇ ਮੇਰੇ ਨਾਲ ਤਾੜੀ ਮਾਰੀ ਸੀ ਵੀਰੇ ਨੇ, ਆਹ ਵੇਖੋ। ਚੱਲੇ